ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼, ਮੈਂ ਹਾਂ ਕਰਨਲ ਅੰਸ਼ਲੀ। ਜੈ ਮਾਤਾ ਦੁਰਗਾ ਲੰਗਰ ਕਮੇਟੀ ਮਹੱਲਾ ਕਰਬਲਾ ਫਗਵਾੜਾ ਵੱਲੋਂ ਮਾਤਾ ਚਿੰਤਪੂਰਨੀ ਮੇਲੇ ਨੂੰ ਸਮਰਪਿਤ। ਹਰ ਸਾਲ ਦੀ ਤਰ੍ਹਾਂ ਹੁਸ਼ਿਆਰਪੁਰ ਤੇ ਮਾਤਾ ਦੇ ਦਰਬਾਰ ਤੇ ਆਉਣ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਇਆ ਗਿਆ। ਇਸ ਮੌਕੇ ਰਾਗੀਰਾਂ ਨੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਲੰਗਰ ਛਕਿਆ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ਼ ਸ਼ਰਮਾ ਦੀ ਰਿਪੋਰਟ। ਮਾਤਾ ਜੀ ਜੈ ਮਾਤਾ ਜੀ। ਚਿੰਤਪੁਰਨੀ ਜਾਣ ਵਾਲੀਆਂ ਸੰਗਤਾਂ ਲਈ ਹਰ ਸਾਲ ਦੀ ਤਰ੍ਹਾਂ ਸਾਵਣ ਮਹੀਨੇ ਵਿੱਚ ਚਿੰਤਪੁਰਨੀ ਮਾਂ ਦੇ ਮੇਲੇ ਦੇ ਵਿੱਚ ਹੀ ਇੱਥੇ ਮਹੱਲਾ ਨਿਵਾਸ ਕਰਬਲਾ ਮਹੱਲਾ ਵੱਲੋਂ ਲੰਗਰ ਲਾਈਦਾ। 3 ਦਿਨ ਲਗਾਤਾਰ ਚੱਲਦਾ ਜੀ, 72 ਘੰਟੇ ਲਗਾਤਾਰ ਲੰਗਰ ਚੱਲਦਾ ਜੀ। ਅੱਜ 3ਰਾ ਦਿਨ ਆ ਸਾਡੇ ਜੀ। ਔਰ ਚਿੰਤਪੁਰਨੀ ਜਾਣ ਵਾਲੀਆਂ ਸੰਗਤਾਂ ਬੜੀ ਮਰਿਆਦਾ ਦੇ ਨਾਲ ਦਿਲ ਖੁਸ਼ ਹੋ ਕਰਕੇ ਸਾਡਾ ਜਾਂਦੀਆਂ ਨੇ ਕਿ ਸਾਡਾ ਦਿਲ ਤਾਂ ਖੁਸ਼ ਹੋ ਜਾਂਦਾ ਕਿ ਜਿੱਥੋਂ ਪ੍ਰਸੰਨ ਹੋ ਕੇ ਜਾਂਦੀਆਂ ਲੰਗਰ ਖਾ ਕੇ ਲੈ ਵਧੀਆ ਬਣਿਆ ਔਰ ਪੂਰਾ ਮਿਲਿਆ ਉਹਨਾਂ ਨੂੰ। ਅਤੇ ਜੇ ਕੋਈ ਸੰਗਤ ਨਾਲ ਨਾ ਹੋਵੇ ਲਿਫਾਫੇ ਲਈ ਆਉਣਾ ਤਾਂ ਵੀ ਅਸੀਂ ਦੇ ਕੇ ਭੇਜੀਦਾ ਜੀ। ਅਤੇ ਮਹੱਲਾ ਨਿਵਾਸੀਆਂ ਦਾ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਦਾਨ ਦਿੱਤਾ ਅਤੇ ਐਡਾ ਭੰਡਾਰਾ ਚੱਲਣ ਡਿਆ ਜੀ। ਇਹ ਮਹਾਮਾਰੀ ਦੀ ਕਿਰਪਾ ਅਪਾਰ ਕਿਰਪਾ ਆ। ਕੱਲ੍ਹ ਸਾਡੇ ਚੌਂਕੀ ਵੀ ਸੀਗੀ ਜੀ, 13 ਤਰੀਕ ਅਸ਼ਟਮੀ ਵਾਲੇ ਦਿਨ। ਅਤੇ ਸਾਰੀਆਂ ਚਿੰਤਪੁਰਨੀ ਜਾਣ ਵਾਲੀਆਂ ਸੰਗਤਾਂ ਨੂੰ ਜੈ ਮਾਤਾ ਦੀ, ਜੈ ਮਾਤਾ।